ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਨਾਲ ਕੋਈ, ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ। ਔਰ ਮੇਰਾ ਕੋਈ ਕਿਸੇ ਨਾਲ ਇਹ ਨਹੀਂ ਹੈਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਨਾਲ ਕੋਈ ਹਿੱਸਾ, ਮੇਰਾ ਕੋਈ ਮੈਂ ਕੋਈ ਖੱਡ 'ਚ ਹਿੱਸਾ ਟਰਾਂਸਪੋਰਟ 'ਚ। ਜੇ ਉਹ ਇਲੀਗਲ ਕੰਮ ਕਰ ਰਹੇ ਨੇ ਧੰਦਾ ਤਾਂ ਉਹਨਾਂ ਦਾ ਬੰਦ ਕਰਾਂਗੇ, ਪਲੱਸ ਜੇ ਉਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਾਂਗੇ, ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ। ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਵਤਨ ਦੇ, ਮੇਰੇ ਦੇਸ਼ ਦੇ ਨੌਜਵਾਨ, ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ। ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ MP ਪਾਰਲੀਮੈਂਟ 'ਚ, ਮੈਂ ਬੋਲਦਾ ਸੀ। ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ, ਕਿਸੇ ਨੂੰ ਮਲੇਸ਼ੀਆ ਚੋਂ, ਕਿਸੇ ਸਿੰਗਾਪੁਰ ਚੋਂ, ਅਰਮੀਨੀਆ ਚੋਂ, ਲੀਬੀਆ ਚੋਂ ਮੈਂ ਕੱਢ ਕੇ ਲਿਆ। ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿੰਦਾ ਸੀ ਇਹ ਟਰੈਵਲ ਏਜੰਟ ਜੜ ਨੇ, ਇਹਦੀ ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ, ਪਰ ਇੱਕ ਕਾਨੂੰਨੀ ਕੰਮ ਹੈ ਨਾ, ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ, ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੱਢ ਦਿਓ। ਹਾਂ, ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ, ਥੋੜ੍ਹਾ ਜਿਹਾ ਚੱਲ ਰਿਹਾ ਅੱਜ ਕੱਲ੍ਹ ਗੱਲ ਕੋਈ ਟਰੈਵਲ ਏਜੰਟਾਂ ਦੀ। ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ MP ਪਾਰਲੀਮੈਂਟ 'ਚ, ਮੈਂ ਬੋਲਦਾ ਸੀ। ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ, ਕਿਸੇ ਨੂੰ ਮਲੇਸ਼ੀਆ ਚੋਂ, ਕਿਸੇ ਸਿੰਗਾਪੁਰ ਚੋਂ, ਅਰਮੀਨੀਆ ਚੋਂ, ਲੀਬੀਆ ਚੋਂ ਮੈਂ ਕੱਢ ਕੇ ਲਿਆ। ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿੰਦਾ ਸੀ ਇਹ ਟਰੈਵਲ ਏਜੰਟ ਜੜ ਨੇ, ਇਹਦੀ ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ, ਪਰ ਇੱਕ ਕਾਨੂੰਨੀ ਕੰਮ ਹੈ ਨਾ, ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ, ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੱਢ ਦਿਓ, ਜੇ ਕੋਈ ਕ੍ਰਾਈਮ ਕਰਕੇ ਭੱਜ ਕੇ ਲੱਤਾਂ ਵੱਢ ਦੇ ਤਾਂ ਹੈ ਨਹੀਂ ਨਾ, ਆਪਣੇ ਕਾਨੂੰਨ ਮੁਤਾਬਕ ਹੈ ਨਾ। ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕੇ ਹਾਂ, ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ, ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦਿਓ ਕਿ ਕਿਹੜਾ ਰਿਕੋਗਨਾਈਜ਼ਡ ਹੈ ਤੁਹਾਡੇ ਦੁਆਰਾ, ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ 'ਚ ਰਿਕੋਗਨਾਈਜ਼ ਕੀਤਾ ਹੋਇਆ, ਕਿਹੜਾ ਕਿਹੜਾ ਇਲੀਗਲ ਹੈ ਸਾਨੂੰ ਦੱਸ ਦਿਓ ਤੁਸੀਂ, ਤੇ ਅਸੀਂ ਜਿਹੜੇ ਇਲੀਗਲ ਨੇ ਅਸੀਂ ਉਹਨਾਂ ਨੂੰ ਬੰਦ ਕਰਦੇ ਹਾਂ, ਜੇ ਉਹ ਇਲੀਗਲ ਕੰਮ ਕਰ ਰਹੇ ਨੇ ਧੰਦਾ ਤਾਂ ਉਹਨਾਂ ਦਾ ਬੰਦ ਕਰਾਂਗੇ, ਪਲੱਸ ਜੇ ਉਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਾਂਗੇ, ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ। ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਨਾਲ ਕੋਈ, ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ, ਉਧਰਲੇ ਮੁਲਕਾਂ 'ਚ ਵੀ ਜੇਲ੍ਹਾਂ 'ਚ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ 'ਤੇ ਆ ਗਏ ਜੀ, ਟਰੈਵਲ ਏਜੰਟ ਕਰਦੇ ਨੇ ਕੰਮ ਇਹ। ਸਭ ਤੋਂ ਪਹਿਲਾਂ ਮੈਂ ਆਵਾਜ਼ ਉਠਾਈ ਸੀ ਪਾਰਲੀਮੈਂਟ 'ਚ, ਅੱਜ ਵੀ ਪਾ ਕੇ ਦੇਖ ਲਿਓ YouTube 'ਤੇ। ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਵਤਨ ਦੇ, ਮੇਰੇ ਦੇਸ਼ ਦੇ ਨੌਜਵਾਨ, ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗਲਤ ਹੱਥਾਂ 'ਚ ਚੜ ਕੇ। ਔਰ ਮੇਰਾ ਕੋਈ ਕਿਸੇ ਨਾਲ ਇਹ ਨਹੀਂ ਹੈਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਨਾਲ ਕੋਈ ਹਿੱਸਾ, ਮੇਰਾ ਕੋਈ ਮੈਂ ਕੋਈ ਖੱਡ 'ਚ ਹਿੱਸਾ ਟਰਾਂਸਪੋਰਟ 'ਚ, ਮੇਰਾ ਹਿੱਸਾ ਹੈ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈਗਾ, ਹੋਰ ਮੇਰਾ ਕਿਸੇ ਚੀਜ਼ 'ਚ ਹਿੱਸਾ ਨਹੀਂ। ਇਸ ਗੱਲ 'ਤੇ ਤੁਸੀਂ ਸਹੁੰ ਖਾ ਸਕਦੇ ਹੋ, ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਊਂਗਾ। ਪਹਿਲੀ ਗੱਲ ਤਾਂ ਟਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ? ਮੱਧ ਪ੍ਰਦੇਸ਼ ਜਾਂਦੇ ਹਾਂ ਅਸੀਂ, ਛੱਤੀਸਗੜ੍ਹ ਜਾਂਦੇ ਹਾਂ, ਗੁਜਰਾਤ ਜਾਂਦੇ ਹਾਂ, ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ, ਕੋਈ ਬੋਰਡ ਨਹੀਂ ਲੱਗਿਆ ਹੋਇਆ। ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ, ਉਹਦੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ, ਦੂਜੇ ਥਾਂ 'ਤੇ ਲਿਖਿਆ ਆਸਟ੍ਰੇਲੀਆ। ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀਆਂ ਜਾਂਦੀਆਂ ਨੇ ਉੱਧਰ ਨੂੰ।
ਆਸਟ੍ਰੇਲੀਆ ਜਾਣ ਲਈ ਮਿਲੋ, ਸਿੰਗਾਪੁਰ ਜਾਣ ਲਈ ਮਿਲੋ, ਹੈ ਜੀ ਨਿਊਜ਼ੀਲੈਂਡ ਜਾਣ ਲਈ ਮਿਲੋ, ਕੈਨੇਡਾ ਜਾਣ ਲਈ ਮਿਲੋ। ਮੈਂ ਸੋਚਿਆ ਯਾਰ ਮੈਂ ਕਿਹਾ ਪੰਜਾਬ ਰਹਿਣ ਲਈ ਵੀ ਮਿਲੋ, ਇਹਦਾ ਬੋਰਡ ਕੌਣ ਲਾਈਏ? ਉਹ ਬੋਰਡ ਮੈਂ ਲਾਊਂਗਾ, ਪੰਜਾਬ ਚ ਰਹਿਣ ਲਈ ਮੈਨੂੰ ਮਿਲੋ। ਆਓ ਜੇ ਕੋਈ ਕੰਮ ਕਰਨਾ ਸਟਾਰਟਅਪ ਕਰੋ, ਅਸੀਂ ਸ਼ੁਰੂ ਕੀਤਾ ਹੋਇਆ ਇਨਵੈਸਟ ਪੰਜਾਬ ਚ, ਸਟਾਰਟਅਪ ਦੇ ਸ਼ੁਰੂ ਕਰ ਰਹੇ, ਚਾਰ ਚਾਰ ਪੰਜ ਪੰਜ ਮੁੰਡੇ। ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਹੇ ਪੈਸੇ, ਕਿੰਨੇ ਕਿੰਨੇ ਦੇ ਰਹੇ ਹਰਜੋਤ? ਦੋ ਬਿਜ਼ਨਸ ਕਲਾਸ ਚ 2000 ਰੁਪਏ ਇੱਕ ਬੱਚੇ ਨੂੰ, ਤੇ ਚਾਰ ਪੰਜ ਪੰਜ ਦੇ ਗਰੁੱਪ ਨੇ ਨਾ। ਹਾਂ, ਸੱਤ ਅੱਠ ਬੱਚੇ 2000 ਰੁਪਏ ਦੇ ਦਾਂਗੇ, 16000 ਰੁਪਇਆ ਲੈ ਕੇ ਆਪਸ ਚ ਉਹ ਆਪਣੇ ਦਿਮਾਗ ਦੇ ਘੋੜੇ ਦੌੜਾਉਣ, ਕੁਛ ਨਾ ਕੁਛ ਨਵੀਂ ਕੋਈ ਕਾਰਡ ਕੱਢਣ, ਉਹਦੀ ਅਸੀਂ ਫਿਰ ਕੰਪਨੀਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੋਫਟਵੇਅਰ ਖਰੀਦਾਂਗੇ, ਤੁਹਾਨੂੰ ਇੰਨੇ ਪੈਸੇ ਦੇਵਾਂਗੇ। ਇੱਥੋਂ ਸ਼ੁਰੂ ਕਰਦੇ ਹਾਂ। ਮੈਂ ਚਾਹੁੰਦਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਨ। ਜੌਬ ਸੀਕਰਸ ਨਹੀਂ, ਜੌਬ ਪ੍ਰੋਵਾਈਡਰਸ ਬਣੋ। ਕੰਮ ਸ਼ੁਰੂ ਕਰੋ, ਬਿਜ਼ਨਸ ਸ਼ੁਰੂ ਕਰੋ, ਸਰਕਾਰ ਹੈਲਪ ਕਰੂਗੀ, ਬਿਨਾਂ ਵਿਆਜ ਤੋਂ ਲੋਨ ਦੇਵਾਂਗੇ, ਜਿੱਦੇ ਕਮਾਉਣ ਲੱਗੇ ਉਹਦੇ ਮੋੜ ਦਿਓ। ਏਦਾਂ ਕਰਨਾ ਪਊਗਾ, ਇਹ ਕੋਈ ਜ਼ਖਮ ਛੋਟੇ ਮੋਟੇ ਨਹੀਂ ਹੈਗੇ, ਬਹੁਤ ਗਹਿਰੇ ਜ਼ਖਮ ਨੇ, ਹੌਲੀ ਹੌਲੀ ਭਰਨਗੇ। ਜੇ ਭਰਨਗੇ ਵੀ ਤਾਂ ਵੀ ਅਜੇ ਦਾਗ ਰਹਿ ਜੂਗਾ, ਫਿਰ ਹੌਲੀ ਹੌਲੀ ਦਾਗ ਵੀ ਜਾਊਗਾ, ਫਿਰ ਮੱਲਮ ਲਾਵਾਂਗੇ। ਮੱਲਮ ਇਮਾਨਦਾਰੀ ਦੀ ਲੱਗ ਸਕਦੀ ਹੈ, ਹੋਰ ਕੋਈ ਮੱਲਮ ਨਹੀਂ ਹੈਗੀ ਇੱਥੇ। ਔਰ ਮੱਲਮ ਵੀ ਉਹੀ ਲਾ ਸਕਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹਿੱਸਾ ਕਿੰਨਾ। ਪੰਜਾਬ ਚ ਅੱਜ ਕੱਲ ਇੱਕੋ ਨੰਬਰ ਮਸ਼ਹੂਰ ਹੈ ਤੇ ਇਹ ਨੰਬਰ ਹੈ 1076। ਇਸ ਨੰਬਰ ਤੇ ਕਾਲ ਕਰਨ ਤੇ ਤੁਹਾਨੂੰ 43 ਸਰਕਾਰੀ ਸੇਵਾਵਾਂ ਘਰ ਬੈਠੇ ਮਿਲਦੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਚ ਸਭ ਤੋਂ ਅੱਗੇ ਹੈ। ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਤਹਿਤ ਇੱਕੋ ਕਾਲ ਤੇ ਮਸਲੇ ਹੱਲ ਹੁੰਦੇ ਹਨ। ਇਸ ਲਈ ਸਰਕਾਰ ਨੇ ਸੂਬੇ ਭਰ ਚ ਕਾਲ ਸੈਂਟਰ ਬਣਾਏ ਹਨ। ਇਹਨਾਂ ਕਾਲ ਸੈਂਟਰਾਂ ਚ ਆਈਆਂ ਕਾਲਾਂ ਦੇ ਆਧਾਰ ਤੇ ਨੌਜਵਾਨਾਂ ਨੂੰ ਘਰ ਘਰ ਭੇਜ ਕੇ ਸਰਕਾਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇੱਕ ਪਾਸੇ ਕਾਲ ਸੈਂਟਰਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਤੇ ਦੂਜੇ ਪਾਸੇ ਉਹ ਸਮਾਜ ਤੇ ਦੇਸ਼ ਦੀ ਸੇਵਾ ਚ ਹਿੱਸਾ ਪਾ ਰਹੇ ਹਨ। ਜਿਹੜੀ ਇਹ 1076 ਹੈਲਪਲਾਈਨ ਨੰਬਰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ, ਇਸ ਵਿੱਚ ਜਿਹੜਾ ਸਿਟੀਜ਼ਨ ਹੈ ਉਹ ਸਾਨੂੰ ਕਾਲ ਕਰਦਾ ਹੈ, ਜਿਸ ਦੇ ਤਹਿਤ ਅਸੀਂ ਉਹਨਾਂ ਦੀ ਅਪਾਇੰਟਮੈਂਟ ਬੁੱਕ ਕਰਦੇ ਹਾਂ। ਕਾਲ ਸੈਂਟਰਾਂ ਚ ਬੈਠੇ ਇਹ ਨੌਜਵਾਨ ਕਿੰਨੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ, ਇਸ ਦੀ ਗਵਾਹੀ ਸਕੀਮਾਂ ਦਾ ਲਾਭ ਲੈਣ ਵਾਲੇ ਲੋਕ ਭਰਦੇ ਹਨ। ਸਰਕਾਰ ਦੀ ਇਹ ਸਕੀਮ ਲੋਕਾਂ ਲਈ ਵੱਡੀ ਮਦਦ ਬਣੀ ਹੈ। ਜਿੱਥੇ ਆਮ ਲੋਕ ਸੇਵਾਵਾਂ ਦਾ ਫਾਇਦਾ ਲੈ ਰਹੇ ਹਨ, ਉੱਥੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਜਿੰਨਾ ਖਸਰਾ ਨੰਬਰ ਜੇ ਉਹ ਸਭ ਕੁਝ ਐਡੇ ਕੇ ਕੰਪਿਊਟਰ 'ਚ ਪਿਆ, ਉਹ ਤੁਸੀਂ ਪਿੰਡ ਲੈ ਜਾਓ ਤਾਂ ਸਾਰੇ ਪਿੰਡ ਦਾ ਮਸਲੇ ਜਿਹੜੇ ਨੇ ਉੱਥੇ ਹੱਲ ਹੋ ਜਾਣਗੇ। ਇਸੇ ਕਰਕੇ ਕਹਿੰਦੇ ਹਾਂ ਕਿ ਸਰਕਾਰ ਤੁਹਾਡੇ ਦੁਆਰ। 1076 ਦੀ ਸੇਵਾ ਨਿਆਰੀ, ਪੰਜਾਬ ਵਾਸੀਆਂ ਨੂੰ ਲੱਗੀ ਪਿਆਰੀ।